ਖਹਿਰਾ ਸਾਹਿਬ ਕੋਲ ਲੈ ਜੂੰਗਾ ਕਿਉਂਕਿ ਵਰਕਰ ਨੂੰ ਆਪ ਨਹੀਂ ਪਤਾ ਵੀ ਖਹਿਰਾ ਸਾਹਿਬ ਦਾ ਘਰ ਕਿੱਥੇ ਆ, ਹੈ ਵੀ ਚੰਡੀਗੜ੍ਹ ਰਹਿੰਦੇ ਆ ਕਿ ਭਲੱਥ ਰਹਿੰਦੇ ਆ ਜਿਹੜਾ ਉਹ ਪੈਂਦਾ। ਸੋ ਉਹਨਾਂ ਨੂੰ ਵੀ ਪਤਾ ਵੀ ਖਹਿਰਾ ਸਾਹਿਬ ਸੁਖਨਾ ਲੇਕ 'ਤੇ ਵਾਕ ਕਰਨ ਵਾਲੇ ਬੰਦੇ ਆ, ਆਹ ਬਨਾਸਰ ਬਾਗ 'ਚ ਇੱਕ ਜੂਨ ਤੱਕ ਜਿਹੜੀ ਸੈਰ ਹੈ ਉਹ ਕਰਨੀ ਆ, ਮੁੜ ਕੇ ਦੁਬਾਰਾ ਕਿਤੇ ਨਹੀਂ ਦੇਖਣਾ। ਉਹ ਜਿਹਨੂੰ ਉੱਥੇ ਆਦਤ ਪਈ ਹੋਵੇ ਨਾ, ਜਿਹੜਾ ਮੱਧਿਆ ਮਾਰਗ ਤੋਂ ਪਰਲੇ ਪਾਸੇ ਜਿਹੜੇ ਰਹਿੰਦੇ ਆ ਵੱਡੇ ਸੈਕਟਰ ਵਾਲੇ ਵੱਡੇ ਲੋਕ, ਸੰਗਰੂਰ ਵੀ ਨੈਵੀਗੇਸ਼ਨ ਲੈ ਕੇ ਆਉਂਦਾ ਖਹਿਰਾ ਸਾਹਿਬ। ਸੋ ਇੱਥੇ ਸੰਗਰੂਰ ਮੈਨੂੰ ਲੱਗਦਾ, ਮੈਂ ਅੰਦਰ ਜ਼ਿਕਰ ਕੀਤਾ, ਮੈਂ ਕਿਹਾ ਇਹ ਤਾਂ ਬੜੇ ਵਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਕੁੱਲੂ ਜਾ ਰਿਹਾ, ਖਹਿਰਾ ਸਾਹਿਬ ਵਰਗੇ ਵੱਡੇ ਬੰਦੇ ਸ਼ੈਨਗਨ ਵੀਜ਼ਾ ਲੈ ਕੇ ਯੂਰਪ ਵੀ ਚਲੇ ਜਾਂਦੇ ਆ, ਪਰ ਪਹਿਲੀ ਵਾਰ ਹੈ ਕੋਈ ਬੰਦਾ ਗਰਮੀ ਦੀਆਂ ਛੁੱਟੀਆਂ ਮਨਾਉਣ ਉਹ ਸੰਗਰੂਰ ਆਇਆ। ਦਲਵੀਰ ਸਿੰਘ ਗੋਲਡੀ ਦੇ ਚਰਚੇ ਚੱਲ ਰਹੇ ਨੇ ਕਿ ਆਮ ਆਦਮੀ ਪਾਰਟੀ ਸ਼ਾਮਲ ਹੋ ਸਕਦੀ ਹੈ। ਦੇਖੋ ਮੇਰੇ ਕੋਲ ਅਜੇ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ। ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਕਿ ਦੋ ਦਿਨ ਤੋਂ ਟੱਚ 'ਚ ਨੇ, ਨਾ ਸੋਚੋ ਹੋ ਰਿਹਾ ਗੋਲਡੀ ਸਾਹਿਬ ਦਾ। ਇਹ ਤਾਂ ਖਹਿਰਾ ਸਾਹਿਬ ਨੇ ਉਦੋਂ ਸੋਚਣਾ ਸੀ ਕਿ ਜਦੋਂ ਢੀਂਡਸਾ ਸਾਹਿਬ ਨੂੰ ਤਾਂ ਕਹਿ ਲਓ ਵੀ ਕਹਿ ਰਹੇ ਸੀਗੇ ਵੀ ਢੀਂਡਸਾ ਸਾਹਿਬ ਦੇ ਨਾਲ ਧੱਕਾ ਹੋਇਆ, ਬੇਇਨਸਾਫੀ ਹੋਈ ਹੈ, ਹੈ ਨਾ, ਅਤੇ ਅਸੀਂ ਬਿਲਕੁਲ ਮੰਨਦੇ ਹਾਂ ਵੀ ਉਹਨਾਂ ਦੇ ਨਾਲ ਹੋਈ ਹੈ, ਅਤੇ ਕਹਿ ਰਹੇ ਸੀਗੇ ਵੀ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਅਤੇ ਭਾਈ ਬੇਇਨਸਾਫੀ ਫਿਰ ਹੋਰਾਂ ਦੇ ਨਾਲ ਵੀ ਹੋਈ ਸੀ ਜਦੋਂ ਤੁਸੀਂ ਇੱਥੇ ਆਏ ਸੀ, ਅਤੇ ਨਾਲ ਤੁਸੀਂ ਨਾਲ ਖੜ ਖੜ ਕੇ ਚਾਹੇ ਗੋਲਡੀ ਹੈ ਚਾਹੇ ਸਿੰਗਲਾ ਜੀ ਹੈ ਚਾਹੇ ਬੀਬੀ ਭੱਠਲ ਨੇ, ਸਾਰਿਆਂ ਦੇ ਬਰਾਬਰ ਖੜ ਕੇ ਖਹਿਰਾ ਸਾਹਿਬ ਵੀ ਕਹਿੰਦੇ ਸੀ ਨਾ ਕਿ ਭਾਈ ਜੇ ਤਾਂ ਮੇਰੇ ਨਾਲੋਂ ਕੋਈ, ਮੈਂ ਹਾਈ ਕਮਾਂਡ ਨੂੰ ਕਿਹਾ ਸੀ ਵੀ ਜੇ ਤਾਂ ਮੇਰੇ ਨਾਲ ਕੋਈ ਕਾਬਲ ਹੈ ਉਹਨੂੰ ਦੇ ਦਿਓ, ਨਹੀਂ ਮੈਨੂੰ ਦੇ ਦਿਓ। ਇੱਟ ਮੀਨਸ ਜੋ ਤੁਸੀਂ ਨਾਲ ਖੜਾ ਖੜਾ ਕੇ ਬੇਇੱਜ਼ਤੀਆਂ ਕਰੋਗੇ ਤਾਂ ਬੰਦਾ ਨੰਬਰ ਆਫ ਹੀ ਕਰੂਗਾ, ਹੋਰ ਕੀ ਕਰੂਗਾ। ਫਾਇਦਾ ਹੋਏਗਾ ਕਿ ਸੰਗਰੂਰ ਤੋਂ ਜਿਹੜੇ ਵਿਜੇਂਦਰ ਸਿੰਗਲਾ ਸੀ ਉਹਨੂੰ ਅਨੰਦਪੁਰ ਲੈ ਕੇ ਚਲੇ ਗਏ ਨੇ, ਗੋਲਡੀ ਸਾਹਿਬ ਖਹਿਰਾ ਸਾਹਿਬ ਦਾ ਫੋਨ ਨਹੀਂ ਚੱਕ ਰਹੇ, ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਦੋ ਹਲਕੇ ਖਾਲੀ ਹੋ ਰਹੇ ਨੇ। ਦੇਖੋ ਕੁਦਰਤੀ ਹੈ, ਜਿਹੜਾ ਫਾਇਦਾ ਤਾਂ ਜਦੋਂ ਕੋਈ ਪਾਰਟੀ ਜਿਹੜੀ ਕਮਜ਼ੋਰ ਦਿਖੇ ਇਹਨਾਂ ਚੀਜ਼ਾਂ ਦੇ ਨਾਲ, ਵਰਕਰਾਂ ਦੇ ਹੌਸਲੇ ਵੀ ਉਹਨਾਂ ਦੇ ਬਿਲਕੁਲ ਡਿੱਗ ਚੁੱਕੇ ਹੋਣਗੇ, ਪਹਿਲਾਂ ਹੀ ਡਿੱਗੇ ਹੋਏ ਆ, ਕਿਉਂਕਿ ਵਰਕਰ ਘੱਟੋ ਘੱਟ ਇਹ ਸੋਚਦਾ ਅੱਜ ਜਿਹੜਾ ਸੰਗਰੂਰ 'ਚ ਵਰਕਰ ਕੰਮ ਕਰ ਰਿਹਾ ਵੀ ਭਾਈ ਮੈਂ ਜਦੋਂ ਪਿੰਡ 'ਚ ਆ ਕੇ ਵੋਟਾਂ ਮੰਗਦਾ ਤਾਂ ਉਹ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਕੱਲ੍ਹ ਨੂੰ ਫਿਰ ਸਾਨੂੰ ਇਹਦੇ ਕੋਲ ਲੈ ਕੇ ਚੱਲੀ, ਅੱਜ ਕਿਹੜਾ ਸੰਗਰੂਰ ਲੋਕ ਸਭਾ ਦਾ ਵਰਕਰ ਇਸ ਗੱਲ ਦੀ ਗਰੰਟੀ ਲੈ ਸਕਦਾ ਵੀ ਭਾਈ ਮੈਂ ਕੱਲ੍ਹ ਨੂੰ ਸੰਗਰੂਰ ਦੇ ਇਕੱਲੇ ਇਕੱਲੇ ਪਿੰਡ ਦੇ ਵਰਕਰ ਨੂੰ ਮੈਂ ਉੱਥੇ ਖਹਿਰਾ ਸਾਹਿਬ ਕੋਲ ਲੈ ਜੂੰਗਾ, ਕਿਉਂਕਿ ਵਰਕਰ ਨੂੰ ਆਪ ਨਹੀਂ ਪਤਾ ਵੀ ਖਹਿਰਾ ਸਾਹਿਬ ਦਾ ਘਰ ਕਿੱਥੇ ਆ, ਹੈਂ ਵੀ ਚੰਡੀਗੜ੍ਹ ਰਹਿੰਦੇ ਆ ਕਿ ਭਲੱਥ ਰਹਿੰਦੇ ਆ, ਸਾਡੇ ਤਾਂ ਇਹ ਨਹੀਂ ਪਤਾ ਵਰਕਰਾਂ ਨੂੰ ਵੀ ਖਹਿਰਾ ਸਾਹਿਬ ਦਾ ਜ਼ਿਲ੍ਹਾ ਕਿਹੜਾ ਜਿਹੜਾ ਉਹ ਪੈਂਦਾ। ਸੋ ਉਹਨਾਂ ਨੂੰ ਵੀ ਪਤਾ ਵੀ ਖਹਿਰਾ ਸਾਹਿਬ ਸੁਖਨਾ ਲੇਕ 'ਤੇ ਵਾਕ ਕਰਨ ਵਾਲੇ ਬੰਦੇ ਆ, ਆਹ ਬਨਾਸਰ ਬਾਗ 'ਚ ਇੱਕ ਜੂਨ ਤੱਕ ਜਿਹੜੀ ਸੈਰ ਹੈ ਉਹ ਕਰਨੀ ਆ, ਮੁੜ ਕੇ ਦੁਬਾਰਾ ਕਿਤੇ ਨਹੀਂ ਦੇਖਣਾ। ਉਹ ਜਿਹਨੂੰ ਉੱਥੇ ਆਦਤ ਪਈ ਹੋਵੇ ਨਾ, ਜਿਹੜਾ ਮੱਧਿਆ ਮਾਰਗ ਤੋਂ ਪਰਲੇ ਪਾਸੇ ਜਿਹੜੇ ਰਹਿੰਦੇ ਆ ਵੱਡੇ ਸੈਕਟਰ ਵਾਲੇ ਵੱਡੇ ਲੋਕ, ਉਹ ਇੱਥੇ ਨਹੀਂ ਆ ਸਕਦੇ। ਉਹ ਠੀਕ ਹੈ ਜੇ ਮੈਂ ਪਹਿਲਾਂ ਕਿਹਾ ਸੀਗਾ ਵੀ ਭਾਈ ਖਹਿਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਪਤਾ, ਉਵੇਂ ਮੈਂ ਇਹ ਵੀ ਕਿਹਾ, ਮੈਂ ਕਿਹਾ ਵੀ ਸੰਗਰੂਰ ਵੀ ਨੈਵੀਗੇਸ਼ਨ ਲੈ ਕੇ ਆਉਂਦਾ ਖਹਿਰਾ ਸਾਹਿਬ। ਸੋ ਇੱਥੇ ਸੰਗਰੂਰ ਮੈਨੂੰ ਲੱਗਦਾ, ਮੈਂ ਅੰਦਰ ਜ਼ਿਕਰ ਕੀਤਾ, ਮੈਂ ਕਿਹਾ ਇਹ ਤਾਂ ਬੜੇ ਵਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਕੁੱਲੂ ਜਾ ਰਿਹਾ, ਖਹਿਰਾ ਸਾਹਿਬ ਵਰਗੇ ਵੱਡੇ ਬੰਦੇ ਸ਼ੈਨਗਨ ਵੀਜ਼ਾ ਲੈ ਕੇ ਯੂਰਪ ਵੀ ਚਲੇ ਜਾਂਦੇ ਆ, ਪਰ ਪਹਿਲੀ ਵਾਰ ਹੈ ਕੋਈ ਬੰਦਾ ਗਰਮੀ ਦੀਆਂ ਛੁੱਟੀਆਂ ਮਨਾਉਣ ਉਹ ਸੰਗਰੂਰ ਆਇਆ, ਹੈ ਨਾ, ਮਨਾ ਕੇ ਚਲੋ ਇੱਕ ਜੂਨ ਤੋਂ ਬਾਅਦ ਜਿਹੜਾ ਉਹ ਚਲੇ ਜਾਣਗੇ। ਪਰ ਮੈਂ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰ ਕਹੂੰਗਾ ਵੀ ਭਾਈ ਇਕੱਲਾ ਮੀਤ ਹੈ ਜਿਹੜਾ ਸੰਗਰੂਰ ਦਾ, ਜੇ ਤੁਸੀਂ ਪਿੰਡ 'ਚ ਜ਼ਿੰਮੇਵਾਰੀ ਲੈਂਦੇ ਹੋ ਤਾਂ ਕੱਲ੍ਹ ਨੂੰ ਮੀਤ ਹੀ ਹੈ ਜਿਹਦੀ ਜਾ ਕੇ ਤੁਸੀਂ ਬਾਂਹ ਫੜ ਸਕਦੇ ਹੋ, ਮਿਲਾ ਸਕਦੇ ਹੋ। ਸੋ ਸਾਰੇ ਭਾਈ, ਮੈਂ ਤਾਂ ਜਿਹੜੇ ਸੰਗਰੂਰ ਵਾਲੇ ਕਿਸੇ ਵੀ ਸਿਆਸੀ ਪਾਰਟੀ ਦੇ ਵਰਕਰ ਹੈ, ਸਾਰਿਆਂ ਨੂੰ ਕਹੂੰਗਾ ਵੀ ਭਾਈ ਸਾਡੇ ਨਾਲ ਜੁੜੋ, ਘੱਟੋ ਘੱਟ ਮੀਤ ਨੂੰ ਬਾਂਹ ਫੜ ਕੇ ਇੱਥੋਂ ਲੰਘਿਆ ਕਰੂੰਗਾ, ਬਰਨਾਲੇ ਤੋਂ
ਦਿੱਲੀ ਨੂੰ ਆਹੀ ਸੰਗਰੂਰ ਵਿੱਚ ਦੀ ਰਾਹ ਹੈਗਾ, ਇੱਥੇ ਰੋਕਤਾ ਲਿਆ ਕਰੋਗੇ, ਤੁਹਾਨੂੰ ਮਿਲਤਾ ਜਾਇਆ ਕਰੂੰ, ਚਾਹ ਬਣਦੇ ਪੀ ਜਾਇਆ ਕਰੂੰਗਾ, ਇਹਨਾਂ ਨੇ ਕਿਸੇ ਨੇ ਜਿਹੜੀ ਬਾਤ ਨਹੀਂ ਤੁਹਾਡੀ ਪੁੱਛਣੀ।